हेलो फ्रेंड्स, साढ़े इस यूट्यूब चैनल दी स्टडी मीटर ते तुहाडा स्वागत है। इस वीडियो विच आपां मॉडर्न हिस्ट्री दे ओह क्वेश्चन करांगे जो कि पीपीएससी सीनियर असिस्टेंट दे एग्जाम लई काफ़ी इंपॉर्टेंट है। यह वीडियोज़ पीपीएससी द्वारा कंडक्ट कराए गए एग्जाम्स नूं रिव्यू करन तो बाद बनाई जा रही हैं, तो जेकर तुसीं पीपीएससी दे किसी भी पेपर की तैयारी कर रहे हो तो यह वीडियोज़ तुहाडे लई काफ़ी इंपॉर्टेंट हो जाती हैं। पीपीएससी दे एग्जाम लई इंडियन पॉलिटी ते पंजाब जीके दे इंपोर्टेंट क्वेश्चंस दी वीडियोस मैं ऑलरेडी अपलोड कर चुकी हां। जेकर तुसी हजे तक वो वीडियो नहीं देखी है तो तुसी उन्हां दा लिंक डिस्क्रिप्शन बॉक्स दे विच देख सकते हो, तो उन्हां ते क्लिक करके वो वीडियोस देख सकते हो। मॉडर्न हिस्ट्री दे इंपोर्टेंट क्वेश्चंस आपां दो पार्ट्स दे विच करांगे, कुछ क्वेश्चन फर्स्ट पार्ट दे विच ते बाकी दे आपां सेकंड पार्ट दे विच करांगे। तो आपां स्टार्ट करदे हां पहला पार्ट। तो फर्स्ट क्वेश्चन है, विद विच मूवमेंट द फॉलोइंग वर और आर एसोसिएटेड। ਆਪਾਂ ਨੂੰ ਇੱਕ ਪਾਸੇ ਰੈਵੋਲਿਊਸ਼ਨਰੀਜ਼ ਦਿੱਤੇ ਹੋਏ ਅਤੇ ਇੱਕ ਪਾਸੇ ਆਪਾਂ ਨੂੰ ਮੂਵਮੈਂਟਸ ਦਿੱਤੀਆਂ ਹੋਈਆਂ। ਆਪਾਂ ਨੂੰ ਦੱਸਣਾ ਕਿ ਕੌਣ ਕਿਹੜੀ ਮੂਵਮੈਂਟ ਦੇ ਨਾਲ ਐਸੋਸੀਏਟਿਡ ਹੈ। ਫਸਟ ਹੈ ਵਿਨੋਵਾ ਭਾਵੇ, ਇਹ ਲੀਡਰ ਸੀ ਬਹੁਦਾਨ ਮੂਵਮੈਂਟ ਦੇ, ਤਾਂ ਇਹਦੇ ਨਾਲ ਆਏਗਾ 4। ਨੈਕਸਟ ਹੈ ਜੈ ਪ੍ਰਕਾਸ਼ ਨਾਰਾਇਣ, ਇਹ ਲੀਡਰ ਸੀ ਸੰਪੂਰਨ ਕ੍ਰਾਂਤੀ ਦੇ, ਜਿਸ ਨੂੰ ਕਿ ਬਿਹਾਰ ਮੂਵਮੈਂਟ ਦੇ ਨਾਲ ਨਾਮ ਨਾਲ ਜਾਣਿਆ ਜਾਂਦਾ ਹੈ। ਨੈਕਸਟ ਹੈ ਸੁੰਦਰ ਲਾਲ ਬਹੁਗੁਣਾ, ਇਹ ਲੀਡਰ ਸੀ ਚਿਪਕੋ ਮੂਵਮੈਂਟ ਦੇ। ਮੇਧਾ ਪਾਟਕਰ, ਇਹ ਲੀਡਰ ਸੀ ਨਰਮਦਾ ਬਚਾਓ ਦੇ, ਤਾਂ ਇਸ ਦਾ ਆਨਸਰ ਆਇਆ ਬੀ ਆਪਸ਼ਨ। ਨੈਕਸਟ ਹੈ ਵਿਚ ਅਮੰਗ ਦ ਫੋਲੋਇੰਗ ਇਜ਼ ਕੁਰੈਕਟਲੀ ਮੈਚ। ਆਪਾਂ ਨੇ ਦੱਸਣਾ ਕਿ ਇਹਨਾਂ ਦੇ ਵਿੱਚੋਂ ਕਿਹੜੇ ਕਿਹੜੇ ਕੁਰੈਕਟਲੀ ਮੈਚ ਹੈ। ਫਸਟ ਹੈ ਫਾਰਵਰਡ ਬਲੋਕ, ਫਾਰਵਰਡ ਬਲੋਕ ਨਾਲ ਇਹਨਾਂ ਨੇ ਦਿੱਤਾ ਹੋਇਆ ਮਹਾਤਮਾ ਗਾਂਧੀ, ਇਹ ਗਲਤ ਹੈ ਕਿਉਂਕਿ ਮਹਾਤਮਾ ਗਾਂਧੀ ਫਾਰਵਰਡ ਬਲੋਕ ਦੇ ਨਾਲ ਐਸੋਸੀਏਟਿਡ ਨਹੀਂ ਸੀ, ਫਾਰਵਰਡ ਬਲੋਕ ਫਾਊਂਡ ਕੀਤੀ ਸੀ ਸੁਭਾਸ਼ ਚੰਦਰ ਬੋਸ ਨੇ। ਨੈਕਸਟ ਹੈ ਇੰਡੀਅਨ ਨੈਸ਼ਨਲ ਆਰਮੀ ਸੁਭਾਸ਼ ਚੰਦਰ ਬੋਸ, ਇਹ ਬਿਲਕੁਲ ਠੀਕ ਹੈ ਕਿਉਂਕਿ ਸੁਭਾਸ਼ ਚੰਦਰ ਬੋਸ ਮੇਨ ਲੀਡਰ ਸੀ ਇੰਡੀਅਨ ਨੈਸ਼ਨਲ ਆਰਮੀ ਦੇ। ਨੈਕਸਟ ਹੈ ਸਵਦੇਸ਼ੀ ਮੂਵਮੈਂਟ, ਜਵਾਹਰ ਲਾਲ ਨਹਿਰੂ, ਇਹ ਗਲਤ ਹੈ ਕਿਉਂਕਿ ਸਵਦੇਸ਼ੀ ਮੂਵਮੈਂਟ ਦੇ ਮੇਨ ਲੀਡਰ ਸੀ ਅਰਬਿੰਦੋ ਘੋਸ਼, ਲਾਲਾ ਲਾਜਪਤ ਰਾਏ, ਬਾਲ ਗੰਗਾਧਰ ਤਿਲਕ ਅਤੇ ਬਿਪਨ ਚੰਦਰ ਪਾਲ। ਨੈਕਸਟ ਹੈ ਸਵਰਾਜ ਪਾਰਟੀ, ਰਵਿੰਦਰ ਨਾਥ ਟੈਗੋਰ, ਇਹ ਵੀ ਗਲਤ ਹੈ ਕਿਉਂਕਿ ਸਵਰਾਜ ਪਾਰਟੀ ਦੇ ਮੇਨ ਲੀਡਰ ਸੀ ਮੋਤੀ ਲਾਲ ਨਹਿਰੂ ਅਤੇ ਸੀ ਆਰ ਦਾਸ, ਮਤਲਬ ਚਿਤਰੰਜਨ ਦਾਸ, ਤਾਂ ਇਹ ਵੀ ਗਲਤ ਹੈ, ਤਾਂ ਇਸ ਆਨਸਰ ਆਇਆ ਬੀ ਆਪਸ਼ਨ। ਨੈਕਸਟ ਹੈ ਮਿਲਟਰੀ ਆਫ 1857 ਵਾਜ ਡਿਸਕ੍ਰਾਈਬਡ ਐਜ਼ ਅ ਫਸਟ ਇੰਡੀਅਨ ਵਾਰ ਆਫ ਇੰਡੀਪੈਂਡੈਂਸ ਬਾਏ। 1857 ਦੀ ਕ੍ਰਾਂਤੀ ਨੂੰ ਫਸਟ ਇੰਡੀਅਨ ਵਾਰ ਆਫ ਇੰਡੀਪੈਂਡੈਂਸ ਕਿਸ ਨੇ ਡਿਸਕ੍ਰਾਈਬ ਕੀਤਾ ਸੀ, ਇਹ ਕੀਤਾ ਸੀ ਵੀ ਡੀ ਸਾਵਰਕਰ ਨੇ। ਨੈਕਸਟ ਹੈ ਮੈਚ ਦੀ ਫੋਲੋਇੰਗ, ਆਪਾਂ ਨੇ ਮੈਚ ਕਰਨਾ, ਇੱਕ ਪਾਸੇ ਆਪਾਂ ਨੂੰ ਰੈਵੋਲਿਊਸ਼ਨਰੀਜ਼ ਦੇ ਨਾਮ ਦਿੱਤੇ ਹੋਏ ਅਤੇ ਇੱਕ ਪਾਸੇ ਆਪਾਂ ਨੂੰ ਮੂਵਮੈਂਟਸ ਆ ਸਮਾਜ ਦਿੱਤੇ ਹੋਏ ਹੈ। ਤਾਂ ਫਸਟ ਹੈ ਸੈਯਦ ਅਹਿਮਦ ਖਾਨ, ਇਹ ਹੈ ਅਲੀਗੜ੍ਹ ਮੂਵਮੈਂਟ ਨਾਲ ਐਸੋਸੀਏਟਿਡ। ਨੈਕਸਟ ਹੈ ਕੇਸ਼ਵ ਸੇਨ, ਇਹ ਹੈ ਬ੍ਰਹਮੋ ਸਮਾਜ ਮੂਵਮੈਂਟ ਦੇ ਨਾਲ ਐਸੋਸੀਏਟਿਡ। ਨੈਕਸਟ ਹੈ ਆਤਮਾ ਰਾਮ ਪਾਂਡੂਰੰਗ, ਇਹ ਹੈ ਪ੍ਰਾਰਥਨਾ ਸਮਾਜ ਦੇ ਨਾਲ ਐਸੋਸੀਏਟਿਡ। ਨੈਕਸਟ ਹੈ ਦਯਾਨੰਦ ਸਰਸਵਤੀ, ਇਹ ਹੈ ਆਰੀਆ ਸਮਾਜ ਦੇ ਨਾਲ ਐਸੋਸੀਏਟਿਡ, ਤਾਂ ਇਸਦਾ ਆਨਸਰ ਆਇਆ ਸੀ ਆਪਸ਼ਨ। ਨੈਕਸਟ ਹੈ ਦ ਫਸਟ ਟ੍ਰੇਡਿੰਗ ਸੈਂਟਰ ਵਿਚ ਵਾਜ਼ ਅਸਟੈਬਲਿਸ਼ ਬਾਏ ਬ੍ਰਿਟਿਸ਼ ਵਾਜ਼, ਫਸਟ ਟ੍ਰੇਡਿੰਗ ਸੈਂਟਰ ਕਿੱਥੇ ਅਸਟੈਬਲਿਸ਼ ਕੀਤਾ ਸੀ ਬ੍ਰਿਟਿਸ਼ਰਸ ਨੇ, ਇਹ ਕੀਤਾ ਸੀ ਸੂਰਤ ਦੇ ਵਿੱਚ, ਤਾਂ ਡੀ ਆਪਸ਼ਨ ਸੂਰਤ ਇਸਦਾ ਆਨਸਰ ਆਇਆ। ਨੈਕਸਟ ਹੈ ਵਿਚ ਵਨ ਆਫ ਦ ਫੋਲੋਇੰਗ ਬਿਗਿਨ ਵਿਦ ਡਾਂਡੀ ਮਾਰਚ, ਡਾਂਡੀ ਮਾਰਚ ਦੇ ਨਾਲ ਕੀ ਸਟਾਰਟ ਹੋਇਆ ਸੀ। ਡਾਂਡੀ ਮਾਰਚ ਦੇ ਨਾਲ ਸਟਾਰਟ ਹੋਈ ਸੀ ਸਿਵਲ ਡਿਸਓਬੀਡੈਂਸ ਮੂਵਮੈਂਟ, ਜਿਸ ਨੂੰ ਕਿ ਆਪਾਂ ਸਾਲਟ ਸੱਤਿਆਗ੍ਰਹਿ ਦੇ ਨਾਮ ਨਾਲ ਵੀ ਜਾਣਦੇ ਹਾਂ, ਤਾਂ ਇਹ ਹੋਈ ਸੀ 1930 ਦੇ ਵਿੱਚ। ਨੈਕਸਟ ਹੈ ਵੈਨ ਮਹਾਤਮਾ ਗਾਂਧੀ ਵਾਜ਼ ਅਰੈਸਟਿਡ ਹੂ ਟੁੱਕ ਓਵਰ ਦਾ ਲੀਡਰਸ਼ਿਪ ਆਫ ਸਾਲਟ ਸੱਤਿਆਗ੍ਰਹਿ। ਜਦੋਂ ਮਹਾਤਮਾ ਗਾਂਧੀ ਨੂੰ ਅਰੈਸਟ ਕਰ ਲਿਆ ਗਿਆ ਸੀ ਤਾਂ ਉਸ ਟਾਈਮ 'ਤੇ ਸਾਲਟ ਸੱਤਿਆਗ੍ਰਹਿ ਦੀ ਲੀਡਰਸ਼ਿਪ ਕਿਸਨੇ ਲਈ ਸੀ, ਤਾਂ ਇਹ ਲਈ ਸੀ ਅਬਾਸ ਤੈਯਬ ਜੀ ਨੇ। ਅਬਾਸ ਤੈਯਬ ਜੀ ਨੂੰ ਗ੍ਰੈਂਡ ਓਲਡ ਮੈਨ ਆਫ ਗੁਜਰਾਤ ਕਿਹਾ ਜਾਂਦਾ ਹੈ। ਇੱਥੇ ਤੁਸੀਂ ਧਿਆਨ ਦੇਣਾ, ਜੇ ਪੁੱਛ ਲੈਣ ਗ੍ਰੈਂਡ ਓਲਡ ਮੈਨ ਆਫ ਗੁਜਰਾਤ ਤਾਂ ਅਬਾਸ ਤੈਯਬ ਜੀ, ਅਤੇ ਜੇ ਪੁੱਛ ਲੈਣ ਗ੍ਰੈਂਡ ਓਲਡ ਮੈਨ ਆਫ ਇੰਡੀਆ ਤਾਂ ਉਹ ਹੈ ਦਾਦਾ ਭਾਈ ਨਾਰਦ ਜੀ। ਨੈਕਸਟ ਹੈ ਇੰਡੀਅਨ ਨੈਸ਼ਨਲ ਕਾਂਗਰਸ ਸਪਲਿਟ ਫੋਰ ਦਾ ਫਸਟ ਟਾਈਮ ਇਨ ਇਟਸ ਸੈਸ਼ਨ ਐਟ। ਇੰਡੀਅਨ ਨੈਸ਼ਨਲ ਕਾਂਗਰਸ ਦਾ ਸਪਲਿਟ ਫਸਟ ਟਾਈਮ ਕਿਹੜੇ ਸੈਸ਼ਨ ਦੇ ਵਿੱਚ ਹੋਇਆ ਸੀ, ਤਾਂ ਇਹ ਹੋਇਆ ਸੀ ਸੂਰਤ ਸੈਸ਼ਨ ਦੇ ਵਿੱਚ 1907 ਦੇ ਵਿੱਚ। ਨੈਕਸਟ ਹੈ ਵਟ ਵਾਜ਼ ਦਾ ਅਲਟੀਮੇਟ ਗੋਲ ਆਫ ਮਹਾਤਮਾ ਗਾਂਧੀ ਸਾਲਟ ਸੱਤਿਆਗ੍ਰਹਿ। ਮਹਾਤਮਾ ਗਾਂਧੀ ਦੇ ਸਾਲਟ ਸੱਤਿਆਗ੍ਰਹਿ ਦਾ ਅਲਟੀਮੇਟ ਗੋਲ ਕੀ ਸੀ, ਤਾਂ ਇਹ ਸੀ ਪੂਰਨ ਸਵਰਾਜ ਫੋਰ ਇੰਡੀਆ। ਨੈਕਸਟ ਹੈ ਵਿਚ ਆਫ ਦਾ ਫੋਲੋਇੰਗ ਵਾਜ਼ ਨੋਟ ਐਸੋਸੀਏਟਿਡ ਵਿਦ ਗਦਰ ਪਾਰਟੀ। ਗਦਰ ਪਾਰਟੀ ਨਾਲ ਇਹਨਾਂ ਦੇ ਵਿੱਚੋਂ ਕੌਣ ਐਸੋਸੀਏਟਿਡ ਨਹੀਂ ਹੈ।
ਫਸਟ ਹੈ ਲਾਲਾ ਹਰਦਿਆਲ, ਇਹ ਸੀ ਜਨਰਲ ਸੈਕਟਰੀ ਗਦਰ ਪਾਰਟੀ ਦੇ, ਤਾਂ ਇਹ ਐਸੋਸੀਏਟਿਡ ਹੈ ਗਦਰ ਪਾਰਟੀ ਨਾਲ। ਨੈਕਸਟ ਹੈ ਸੋਹਨ ਸਿੰਘ ਭਕਨਾ, ਇਹ ਸੀ ਫਾਊਂਡਿੰਗ ਪ੍ਰੈਜ਼ੀਡੈਂਟ ਆਫ ਗਦਰ, ਤਾਂ ਇਹ ਵੀ ਗਦਰ ਪਾਰਟੀ ਦੇ ਨਾਲ ਐਸੋਸੀਏਟਿਡ ਹੈ। ਨੈਕਸਟ ਹੈ ਮੁਹੰਮਦ ਬਰਕਤੁੱਲਾ, ਮੁਹੰਮਦ ਬਰਕਤੁੱਲਾ ਸੀ ਵਨ ਆਫ ਦਾ ਫਾਊਂਡਿੰਗ ਮੈਂਬਰ ਆਫ ਗਦਰ ਪਾਰਟੀ, ਤਾਂ ਇਹ ਵੀ ਗਦਰ ਪਾਰਟੀ ਦੇ ਨਾਲ ਐਸੋਸੀਏਟਿਡ ਹੈ। ਨੈਕਸਟ ਹੈ ਸਰਦਾਰ ਬਲਦੇਵ ਸਿੰਘ, ਤਾਂ ਇਹ ਸੀ ਫਸਟ ਡਿਫੈਂਸ ਮਿਨਿਸਟਰ ਆਫ ਇੰਡੀਆ, ਤਾਂ ਇਹ ਗਦਰ ਪਾਰਟੀ ਦੇ ਨਾਲ ਐਸੋਸੀਏਟਿਡ ਨਹੀਂ ਹੈ, ਤਾਂ ਇਸ ਆਂਸਰ ਆਇਆ ਡੀ ਆਪਸ਼ਨ। ਨੈਕਸਟ ਹੈ ਵਿਚ ਆਫ ਦਾ ਫਾਲੋਇੰਗ ਇਜ਼ ਔਰ ਆਰ ਨੋਟ ਕਰੈਕਟ ਅਬਾਊਟ ਭਗਤ ਸਿੰਘ, ਭਗਤ ਸਿੰਘ ਬਾਰੇ ਇਹਨਾਂ ਦੇ ਵਿੱਚੋਂ ਕੀ ਠੀਕ ਨਹੀਂ ਹੈ। ਫਸਟ ਹੈ ਹੀ ਵਾਜ਼ ਬੋਰਨ ਇਨ ਸੰਧੂ ਜੱਟ ਫੈਮਿਲੀ ਇਨ 1907 ਐਂਡ ਸਟੱਡੀਡ ਐਟ ਦਯਾਨੰਦ ਐਂਗਲੋ ਵੈਦਿਕ ਸਕੂਲ ਇਨ ਲਾਹੌਰ। ਉਹਨਾਂ ਦਾ ਜਨਮ ਸੰਧੂ ਜੱਟ ਫੈਮਿਲੀ ਦੇ ਵਿੱਚ 1907 ਦੇ ਵਿੱਚ ਹੋਇਆ ਸੀ, ਅਤੇ ਉਹ ਦਯਾਨੰਦ ਐਂਗਲੋ ਵੈਦਿਕ ਸਕੂਲ ਦੇ ਵਿੱਚ ਲਾਹੌਰ ਦੇ ਵਿੱਚ ਉਹਨਾਂ ਨੇ ਪੜ੍ਹਾਈ ਕੀਤੀ ਸੀ, ਇਹ ਬਿਲਕੁਲ ਠੀਕ ਹੈ। ਨੈਕਸਟ ਹੈ ਹੀ ਫਾਊਂਡਡ ਦਾ ਪੰਜਾਬ ਨੌਜਵਾਨ ਸਭਾ ਇਨ 1926 ਐਂਡ ਵਾਜ਼ ਹਿਮਸੈਲਫ ਦਾ ਸੈਕਟਰੀ। ਉਹਨਾਂ ਨੇ ਪੰਜਾਬ ਨੌਜਵਾਨ ਸਭਾ 1926 ਦੇ ਵਿੱਚ ਫਾਈਨ ਕੀਤੀ ਸੀ, ਅਤੇ ਖੁਦ ਉਹਦੇ ਸੈਕਟਰੀ ਸੀ, ਇਹ ਵੀ ਬਿਲਕੁਲ ਠੀਕ ਹੈ। ਨੈਕਸਟ ਹੈ ਹੀ ਅਸੈਸੀਨੇਟਿਡ ਸੁਪਰੀਡੈਂਟ ਆਫ ਪੁਲਿਸ ਮਿਸਟਰ ਸਕੋਟ ਇਨ 1928। ਇਹ ਗਲਤ ਹੈ, ਉਹਨਾਂ ਨੇ ਮਿਸਟਰ ਸਕੋਟ ਦੀ ਨਹੀਂ, ਉਹਨਾਂ ਨੇ ਹੱਤਿਆ ਕੀਤੀ ਸੀ ਸਾਂਡਰਸ ਦੀ, ਜੋ ਕਿ ਇੱਕ ਬ੍ਰਿਟਿਸ਼ ਪੁਲਿਸ ਆਫਿਸਰ ਸੀ, ਕਿਉਂਕਿ ਉਸਨੇ ਲਾਲਾ ਲਾਜਪਤ ਰਾਏ ਜੀ 'ਤੇ ਲਾਠੀਚਾਰਜ ਕੀਤਾ ਸੀ, ਤਾਂ ਉਸਦਾ ਬਦਲਾ ਲੈਣ ਲਈ ਉਹਨਾਂ ਨੇ ਸਾਂਡਰਸ ਦਾ ਕਤਲ ਕੀਤਾ ਸੀ। ਨੈਕਸਟ ਹੈ ਹੀ ਥਰੂ ਬੋਮਸ ਇਨ ਸੈਂਟਰਲ ਲੈਜਿਸਲੇਟਿਵ ਅਸੈਂਬਲੀ ਅਗੇਂਸਟ ਪੈਸੇਜ ਆਫ ਗਵਰਨਮੈਂਟ ਆਫ ਇੰਡੀਆ ਐਕਟ 1919। ਉਹਨਾਂ ਨੇ ਸੈਂਟਰਲ ਲੈਜਿਸਲੇਟਿਵ ਅਸੈਂਬਲੀ 'ਤੇ ਬੰਬ ਸੁੱਟਿਆ ਸੀ ਅਗੇਂਸਟ ਗਵਰਨਮੈਂਟ ਆਫ ਇੰਡੀਆ ਐਕਟ 1919। ਇਹ ਗਲਤ ਹੈ, ਕਿਉਂਕਿ ਉਹਨਾਂ ਨੇ ਇਹ ਬੰਬ ਦੋ ਹੋਰ ਬਿੱਲਸ ਦੇ ਅਗੇਂਸਟ ਸੁੱਟਿਆ ਸੀ, ਤਾਂ ਉਹ ਬਿੱਲ ਸੀ ਪਬਲਿਕ ਸੇਫਟੀ ਬਿੱਲ ਅਤੇ ਟ੍ਰੇਡ ਡਿਸਪਿਊਟ ਬਿੱਲ, ਤਾਂ ਇਸ ਆਨਸਰ ਆਇਆ 3 and 4, ਮਤਲਬ ਥਰਡ ਅਤੇ ਫੋਰਥ ਪੁਆਇੰਟ ਗਲਤ ਹੈ। ਨੈਕਸਟ ਹੈ ਹੂ ਵਾਜ਼ ਅ ਫਸਟ ਪਰਪਾਊਂਡਰ ਆਫ ਡਾਕਟਰਾਈਨ ਆਫ ਪੈਸਿਵ ਰੈਸਿਸਟੈਂਸ। ਡਾਕਟਰਾਈਨ ਆਫ ਪੈਸਿਵ ਰੈਸਿਸਟੈਂਸ ਦੇ ਫਸਟ ਪਰਪਾਊਂਡਰ ਕੌਣ ਸੀ, ਤਾਂ ਇਹ ਸੀ ਅਰਬਿੰਦੋ ਘੋਸ਼। ਨੈਕਸਟ ਹੈ ਹੂ ਸੈਟ ਗਿਵ ਮੀ ਬਲੱਡ ਆਈ ਵਿਲ ਗਿਵ ਯੂ ਫਰੀਡਮ। ਇਹ ਕਿਹਨੇ ਕਿਹਾ ਸੀ ਕਿ ਤੁਸੀਂ ਮੈਨੂੰ ਖੂਨ ਦਿਓ ਅਤੇ ਮੈਂ ਤੁਹਾਨੂੰ ਆਜ਼ਾਦੀ ਦੇਵਾਂਗਾ, ਬਹੁਤ ਹੀ ਬੇਸਿਕ ਕੁਐਸਚਨ ਹੈ, ਇਹ ਕਿਹਾ ਸੀ ਸੁਭਾਸ਼ ਚੰਦਰ ਬੋਸ ਨੇ। ਨੈਕਸਟ ਹੈ ਪਰਮਾਨੈਂਟ ਰੈਵਨਿਊ ਸੈਟਲਮੈਂਟ ਆਫ ਬੰਗਾਲ ਵਾਜ਼ ਇੰਟਰੋਡਿਊਸ ਬਾਏ। ਪਰਮਾਨੈਂਟ ਰੈਵਨਿਊ ਸੈਟਲਮੈਂਟ ਬੰਗਾਲ ਦਾ ਕਿਸ ਨੇ ਇੰਟਰੋਡਿਊਸ ਕੀਤਾ ਸੀ, ਇਹ ਕੀਤਾ ਸੀ ਲਾਰਡ ਕਾਰਨਵੈਲਿਸ ਨੇ। ਨੈਕਸਟ ਹੈ ਦਾ ਸਵਦੇਸ਼ੀ ਐਂਡ ਬਾਇਕਆਊਟ ਵਰ ਅਡੋਪਟਿਡ ਐਜ਼ ਅ ਮੈਥਡ ਆਫ ਸਟਰਗਲ ਫੋਰ ਦਾ ਫਸਟ ਟਾਈਮ ਡੂਰਿੰਗ ਦਾ ਸਵਦੇਸ਼ੀ ਅਤੇ ਬਾਇਕਆਊਟ ਨੂੰ ਫਸਟ ਟਾਈਮ ਐਜ਼ ਅ ਮੈਥਡ ਆਫ ਸਟਰਗਲ ਕਦੋਂ ਅਡੋਪਟ ਕੀਤਾ ਗਿਆ ਸੀ, ਇਹ ਕੀਤਾ ਗਿਆ ਸੀ ਐਗੀਟੇਸ਼ਨ ਅਗੇਂਸਟ ਦਾ ਪਾਰਟੀਸ਼ਨ ਆਫ ਬੰਗਾਲ, ਮਤਲਬ ਜਦੋਂ ਬੰਗਾਲ ਦੀ ਪਾਰਟੀਸ਼ਨ ਕੀਤੀ ਗਈ ਸੀ, ਤਾਂ ਉਸ ਦੇ ਵਿਰੋਧ ਦੇ ਵਿੱਚ ਸਵਦੇਸ਼ੀ ਅਤੇ ਬਾਇਕਆਊਟ ਨੂੰ ਫਸਟ ਟਾਈਮ ਐਜ਼ ਅ ਮੈਥਡ ਆਫ ਸਟਰਗਲ ਅਡੋਪਟ ਕੀਤਾ ਗਿਆ ਸੀ। ਨੈਕਸਟ ਹੈ ਦਾ ਕੈਬਨਿਟ ਮਿਸ਼ਨ ਆਨ 1946 ਵਾਜ਼ ਲੈਡ ਬਾਏ। ਕੈਬਨਿਟ ਮਿਸ਼ਨ 1946 ਦਾ ਕਿਸ ਨੇ ਲੈਡ ਕੀਤਾ ਸੀ, ਇਹ ਕੀਤਾ ਸੀ ਸਰ ਪੈਥਿਕ ਲਾਰੈਂਸ ਨੇ। ਇਸ ਦੇ ਵਿੱਚ 3 ਮੈਂਬਰ ਸੀ, ਸਰ ਪੈਥਿਕ ਲਾਰੈਂਸ, ਏ ਵੀ ਅਲੈਗਜ਼ੈਂਡਰ ਅਤੇ ਸਟੈਫਰਡ ਕ੍ਰਿਪਸ। ਨੈਕਸਟ ਹੈ ਦਾ ਗਵਰਨਮੈਂਟ ਆਫ ਇੰਡੀਆ 1919 ਇਜ਼ ਆਲਸੋ ਨੋਨ ਐਜ਼। ਗਵਰਨਮੈਂਟ ਆਫ ਇੰਡੀਆ 1990 ਐਕਟ ਨੂੰ ਹੋਰ ਕੀ ਕਿਹਾ ਜਾਂਦਾ ਹੈ, ਇਸ ਨੂੰ ਕਿਹਾ ਜਾਂਦਾ ਹੈ ਮੌਂਟੇਗਿਊ ਚੈਮਸਫੋਰਡ ਰਿਫੋਰਮ, ਤਾਂ ਇਸ ਆਨਸਰ ਆਇਆ ਬੀ ਆਪਸ਼ਨ। ਨੈਕਸਟ ਹੈ ਦਾ ਇੰਡੀਅਨ ਨੈਸ਼ਨਲ ਕਾਂਗਰਸ ਹੈਡ ਇਟਸ ਫਸਟ ਮੀਟਿੰਗ ਇਨ ਦਾ ਸਿਟੀ ਆਫ। ਇੰਡੀਅਨ ਨੈਸ਼ਨਲ ਕਾਂਗਰਸ ਦੀ ਫਸਟ ਮੀਟਿੰਗ ਕਿਹੜੀ ਸਿਟੀ ਦੇ ਵਿੱਚ ਹੋਈ ਸੀ, ਇਹ ਹੋਈ ਸੀ ਬੰਬੇ ਦੇ ਵਿੱਚ, ਅਤੇ ਇਸ ਟਾਈਮ 'ਤੇ ਇਸਦੇ ਪ੍ਰੈਜ਼ੀਡੈਂਟ ਸੀ ਡਬਲਿਊ ਸੀ ਬੈਨਰਜੀ। ਜੇ ਪੁੱਛ ਲੈਣ ਕਿ ਇੰਡੀਅਨ ਨੈਸ਼ਨਲ ਕਾਂਗਰਸ ਦੀ ਫਾਊਂਡਰ ਦਾ ਨਾਮ ਕੀ ਹੈ, ਤਾਂ ਉਹ ਹੈ ਏ.ਓ. ਹਿਊਮ। ਕਦੋਂ ਫਾਊਂਡ ਹੋਈ ਸੀ, ਇਹ ਹੋਈ ਸੀ 1885 ਦੇ ਵਿੱਚ। ਨੈਕਸਟ ਹੈ ਬੈਟਲ ਆਫ ਪਲਾਸੀ ਵਾਜ਼ ਫੋਟ ਇਨ ਦਾ ਈਅਰ। ਬੈਟਲ ਆਫ ਪਲਾਸੀ ਕਦੋਂ ਲੜੀ ਗਈ ਸੀ, ਇਹ ਲੜੀ ਗਈ ਸੀ 1757 ਦੇ ਵਿੱਚ। ਕਿਹਦੇ ਕਿਹਦੇ ਵਿੱਚ, ਸਿਰਾਜੁਦੌਲਾ ਅਤੇ ਰੋਬਰਟ ਕਲਾਈਵ ਦੇ ਵਿੱਚ। ਨੈਕਸਟ ਹੈ ਗਾਂਧੀ ਜੀ ਸੈਂਡ ਐਨ 11-point ਅਲਟੀਮੇਟਮ ਟੂ ਲਾਰਡ ਇਰਵਿਨ ਬਿਫੋਰ ਸਟਾਰਟਿੰਗ ਦਾ ਸਿਵਲ ਡਿਸਓਬੀਡੈਂਸ ਮੂਵਮੈਂਟ ਵਿਚ ਆਫ ਦਾ ਫਾਲੋਇੰਗ ਵਾਜ਼ ਨੋਟ ਇਨਕਲੂਡਿਡ ਇਨ ਇਟ। ਗਾਂਧੀ ਜੀ ਨੇ 11-point ਅਲਟੀਮੇਟਮ ਭੇਜਿਆ ਸੀ ਲਾਰਡ ਇਰਵਿਨ ਨੂੰ ਸਿਵਲ ਡਿਸਓਬੀਡੈਂਸ ਮੂਵਮੈਂਟ ਨੂੰ ਸਟਾਰਟ ਕਰਨ ਤੋਂ ਪਹਿਲਾਂ, ਤਾਂ ਆਪਾਂ ਨੂੰ ਕੁਛ ਕੁ ਸਟੇਟਮੈਂਟਸ ਦਿੱਤੀਆਂ ਹੋਈਆਂ, ਤਾਂ ਇਹਨਾਂ ਦੇ ਵਿੱਚੋਂ ਕਿਹੜਾ ਉਸ 11 points ਦੇ ਵਿੱਚ ਨਹੀਂ ਸੀ, ਤਾਂ 11 points ਸੀ ਇਹ, ਤਾਂ ਇਹਨਾਂ ਦੇ ਵਿੱਚ ਕਿਹੜਾ ਨਹੀਂ ਹੈ, ਤਾਂ ਉਹ ਹੈ ਪ੍ਰੋਹਿਬਿਸ਼ਨ ਆਫ ਕਾਓ ਸਲੋਟਰ ਐਂਡ ਯੂਜ਼ ਆਫ ਖਾਦੀ, ਤਾਂ ਇਸ ਆਨਸਰ ਆਇਆ ਸੀ ਆਪਸ਼ਨ।
नेक्स्ट है, हु इज जनरली एक्नॉलेज्ड एज अ पायनियर ऑफ लोकल सेल्फ गवर्नमेंट इन मॉडर्न इंडिया। मॉडर्न इंडिया विच लोकल सेल्फ गवर्नमेंट दे पायनियर वजो किस नु जाने जांदा है? ए जाने जांदा है लॉर्ड रिपन। नेक्स्ट है, चंपारण सत्याग्रह वॉज रिलेटेड टू, चंपारण सत्याग्रह वॉज रिलेटेड टू इंडिगो। चंपारण एक विलेज है बिहार दे विच। तो चंपारण सत्याग्रह क्यों होया सी? क्योंकि अंग्रेजा ने फार्मर्स नू यह जरूरी कर दिता सी कि वो अपनी जमीन दे कुछ परसेंट एरिया दे विच इंडिगो जरूर उगान। तो उस इंडिगो उगान नाल की सी कि जो जमीन की उपजाऊ शक्ति है वो खत्म हो जाती सी, जमीन बंजर हो जाती सी। तो उसके अगेंस्ट होया सी चंपारण सत्याग्रह। नेक्स्ट है, द कॉल ऑफ बैक टू वेदर्स वॉज गिवन बाय, बैक टू वेदर्स की कॉल किसने दिती सी? तो ये दिती सी स्वामी दयानंद सरस्वती जी ने। नेक्स्ट है, हु अमंग इज द फॉलोइंग मेड इट पॉसिबल फॉर द इंडियंस टू एंटर द इंडियन सिविल सर्विसेज थ्रू एन ओपन कॉम्पिटेटिव एग्जामिनेशन? किसने यह पॉसिबल बनाया सी इंडियंस लई कि वो इंडियन सिविल सर्विसेज दे विच एंटर हो सकन थ्रू एन ओपन कॉम्पिटेटिव एग्जामिनेशन? ये पॉसिबल बनाया सी लॉर्ड डलहौजी ने। नेक्स्ट है, द ओरिजिनल नेम ऑफ स्वामी दयानंद सरस्वती, स्वामी दयानंद सरस्वती का ओरिजिनल नेम की सी? तो ये सी मूल शंकर। तो इस आंसर आया ए ऑप्शन। नेक्स्ट है, इन विच सेशन ऑफ कांग्रेस द डिमांड ऑफ पूर्ण स्वराज वॉज एक्सेप्टेड एज अ एम ऑफ कांग्रेस? कांग्रेस के किस सेशन विच कांग्रेस का एम सी जो पूर्ण स्वराज उस डिमांड नू एक्सेप्ट किया गया सी? ये किया गया सी लाहौर सेशन दे विच जो कि होया सी 1929 दे विच। ते इस सेशन दे विच ही 26 जनवरी 1930 नू इंडिपेंडेंस डे डिक्लेयर कर दिता गया सी। इस कारण ही अपना जो संविधान है वह लागू किया गया सी 26 जनवरी नू ही। नेक्स्ट है, वट वॉज लाला लाजपत राय डेमोन्स्ट्रेटिंग अगेंस्ट वैन ही सकम्ब्ड टू पुलिस ब्रुटैलिटी? लाला लाजपत राय जी पुलिस दे बेरहमी करके शहीद हो गए सी, तो उस टाइम वह किस दे अगेंस्ट प्रदर्शन कर रहे सी? तो वह कर रहे सी प्रदर्शन अगेंस्ट साइमन कमीशन। नेक्स्ट है, हु वॉज द फर्स्ट इंडियन गवर्नर जनरल ऑफ इंडिया? अपने इंडिया दे फर्स्ट इंडियन गवर्नर जनरल का नाम दसना है, तो वो सी सी राजगोपालचार्य। तो इस आंसर आया बी ऑप्शन। नेक्स्ट है, हु टर्म्ड क्रिप्स प्रपोजल एज अ पोस्ट डेटेड चेक इन अ क्रैशिंग बैंक? किसने क्रिप्स प्रपोजल नू अ पोस्ट डेटेड चेक इन अ क्रैशिंग बैंक कहा सी? ए किने कहा सी? ए कहा सी गांधी जी ने। तो इस आंसर आया डी ऑप्शन। नेक्स्ट है, द रायतवाड़ी सिस्टम ऑफ लैंड टेन्योर रेफर्स टू सिचुएशन वेयर? जो रायतवाड़ी सिस्टम सी उस दे विच की सिचुएशन होंगी? अपन ऑप्शन देती हैं या अपन ने दसना है कि केड़ी ठीक है? ठीक है, इसका आंसर आएगा सी ऑप्शन। जो रायत है वह उस को जी जमीन होंगी उस ओनर होंगे, तो वह राज नू जमीन ते सीधे तौर पर लगाए गए रेवन्यू का भुगतान करता है। तो इसका आंसर आएगा सी ऑप्शन। नेक्स्ट है, वट आर द मॉले मिंटो रिफॉर्म्स ऑफ 1909-04? मॉले मिंटो रिफॉर्म्स ही उन्होंने किस लिए जाने जाता है? उन्होंने जाने जाता है फॉर सेपरेट इलेक्टोरेट ऑन द बेसिस ऑफ क्लास एंड कम्युनिटी। नेक्स्ट है, हु वॉज द फर्स्ट इंडियन टू बिकम मैंबर ऑफ ब्रिटिश पार्लीमेंट? ब्रिटिश पार्लीमेंट के फर्स्ट इंडियन मैंबर कौन बने सी? ए बने सी दादा भाई नारोची। नेक्स्ट है, अरेंज इन क्रोनोलॉजिकल ऑर्डर दैन दे कम एज। आपने इन्हों क्रोनोलॉजिकल ऑर्डर दे विच लगाना है, मतलब आपने दसना है कि केड़ा पहला होया सी ते केड़ा पिछों होया सी, ऐसा आपने इन्हों ऑर्डर दे विच लगाना है। ट्रेजेडी ऑफ जलियांवाला ए हुई सी 1919 दे विच। स्वदेशी मूवमेंट ए हुई सी 1905 दे विच। डांडी मार्च 1930 दे विच। क्विट इंडिया मूवमेंट 1942 दे विच। तो इस आंसर आएगा बी ऑप्शन 2134। नेक्स्ट है, महात्मा गांधी गॉट हिज इंस्पिरेशन फॉर सिविल डिसऑबिडेंस फ्रॉम? महात्मा गांधी नू सिविल डिसऑबिडेंस मूवमेंट दी इंस्पिरेशन किस तो मिली सी? ए मिली सी ट्योरियो तो। इस आंसर आया सी ऑप्शन। नेक्स्ट है, मैच दे फॉलोइंग
ਆਪਾਂ ਨੇ ਮੈਚ ਕਰਨਾ, ਇੱਕ ਪਾਸੇ ਆਪਾਂ ਨੂੰ ਰੈਵੋਲਿਊਸ਼ਨਰੀਜ਼ ਦੇ ਨਾਮ ਦਿੱਤੇ ਹੋਏ ਅਤੇ ਇੱਕ ਪਾਸੇ ਆਪਾਂ ਨੇ ਕੇਸਿਸ ਦੇ ਨਾਮ ਦਿੱਤੇ ਹੋਏ ਹੈ। ਫਸਟ ਹੈ ਭਗਤ ਸਿੰਘ। ਭਗਤ ਸਿੰਘ ਐਸੋਸੀਏਟਿਡ ਹੈ ਲਾਹੌਰ ਕੌਨਸਪੀਰੈਂਸੀ ਕੇਸ ਦੇ ਨਾਲ। ਲਾਹੌਰ ਕੌਨਸਪੀਰੈਂਸੀ ਕੇਸ ਦੇ ਵਿੱਚ ਕੀ ਸੀ? ਇਸ ਦੇ ਵਿੱਚ ਭਗਤ ਸਿੰਘ ਨੇ ਸਾਂਡਰਸ ਦਾ ਕਤਲ ਕੀਤਾ ਸੀ ਕਿਉਂਕਿ ਉਸਨੇ ਲਾਲਾ ਲਾਜਪਤ ਰਾਏ ਜੀ 'ਤੇ ਲਾਠੀ ਚਾਰਜ ਕੀਤਾ ਸੀ, ਤਾਂ ਉਸਦਾ ਬਦਲਾ ਲੈਣ ਲਈ ਭਗਤ ਸਿੰਘ ਨੇ ਸਾਂਡਰਸ ਦਾ ਕਤਲ ਕੀਤਾ ਸੀ, ਤਾਂ ਉਸੇ ਨੂੰ ਹੀ ਕਹਿੰਦੇ ਆ ਲਾਹੌਰ ਕੌਨਸਪੀਰੈਂਸੀ ਕੇਸ। ਨੈਕਸਟ ਹੈ ਲਕਸ਼ਮੀ ਸਹਿਗਲ। ਲਕਸ਼ਮੀ ਸਹਿਗਲ ਇੱਕ ਆਫਿਸਰ ਸੀ ਇੰਡੀਅਨ ਨੈਸ਼ਨਲ ਆਰਮੀ ਦੀ। ਲਕਸ਼ਮੀ ਸਹਿਗਲ ਨੂੰ ਪਦਮ ਵਿਭੂਸ਼ਣ ਵੀ ਮਿਲ ਚੁੱਕੇ ਹੈ। ਨੈਕਸਟ ਹੈ ਰਾਮ ਪ੍ਰਸਾਦ ਬਿਸਮਿਲ। ਇਹ ਐਸੋਸੀਏਟਿਡ ਹੈ ਕਾਕੋਰੀ ਕੌਨਸਪੀਰੈਂਸੀ ਕੇਸ ਦੇ ਨਾਲ। ਕਾਕੋਰੀ ਕੌਨਸਪੀਰੈਂਸੀ ਕੇਸ ਕੀ ਸੀ? ਇਹ ਇੱਕ ਟ੍ਰੇਨ ਰੋਬਰੀ ਕੇਸ ਸੀ ਜੋ ਕਿ ਬ੍ਰਿਟਿਸ਼ ਸਰਕਾਰ ਦੇ ਖਿਲਾਫ ਕੀਤੀ ਗਈ ਸੀ, ਤਾਂ ਇਹਦੀ ਪਲੈਨਿੰਗ ਕੀਤੀ ਸੀ ਰਾਮ ਪ੍ਰਸਾਦ ਬਿਸਮਿਲ ਨੇ, ਜੋ ਕਿ ਹਿੰਦੂ ਰਿਪਬਲਿਕਨ ਪਾਰਟੀ ਨੂੰ ਬਿਲੋਂਗ ਕਰਦੇ ਸੀ, ਤਾਂ ਇਸੇ ਕੇਸ ਦੇ ਕਾਰਨ ਇਹਨਾਂ ਨੂੰ ਫਾਂਸੀ ਦੇ ਦਿੱਤੀ ਗਈ ਸੀ। ਨੈਕਸਟ ਹੈ ਸੂਰਿਆ ਸੇਨ। ਸੂਰਿਆ ਸੇਨ ਐਸੋਸੀਏਟਿਡ ਹੈ ਚਿਤਾਗੋਂਗ ਆਰਮਰੀ ਰੇਡ ਦੇ ਨਾਲ, ਤਾਂ ਇਸਦਾ ਆਂਸਰ ਆਇਆ ਡੀ ਆਪਸ਼ਨ। ਨੈਕਸਟ ਹੈ ਹੂ ਵਾਜ਼ ਪਾਪੂਲਰਲੀ ਨੋਨ ਐਜ ਨਾਨਾ ਸਾਹਿਬ। ਨਾਨਾ ਸਾਹਿਬ ਕਿਹਨੂੰ ਕਿਹਾ ਜਾਂਦਾ ਸੀ? ਇਹ ਕਿਹਾ ਜਾਂਦਾ ਸੀ ਬਾਲਾ ਜੀ ਬਾਜੀ ਰਾਓ ਨੂੰ, ਤਾਂ ਇਸਦਾ ਆਂਸਰ ਆਇਆ ਏ ਆਪਸ਼ਨ। ਨੈਕਸਟ ਹੈ ਆਫਟਰ ਦ ਬਰਦੋਲੀ ਸੱਤਿਆਗ੍ਰਹਿ ਦ ਟਾਈਟਲ ਆਫ ਸਰਦਾਰ ਟੂ ਬੱਲਭ ਭਾਈ ਪਟੇਲ ਵਾਜ਼ ਗਿਵਨ ਬਾਈ। ਬਰਦੋਲੀ ਸੱਤਿਆਗ੍ਰਹਿ ਤੋਂ ਬਾਅਦ ਬੱਲਭ ਭਾਈ ਪਟੇਲ ਜੀ ਨੂੰ ਸਰਦਾਰ ਦਾ ਟਾਈਟਲ ਕਿਹਨੇ ਦਿੱਤਾ ਸੀ? ਇਹ ਦਿੱਤਾ ਸੀ ਮਹਾਤਮਾ ਗਾਂਧੀ ਜੀ ਨੇ, ਤਾਂ ਇਸਦਾ ਆਂਸਰ ਆਇਆ ਏ ਆਪਸ਼ਨ। ਬਰਦੋਲੀ ਹੈ ਗੁਜਰਾਤ ਦੇ ਵਿੱਚ। ਬਰਦੋਲੀ ਸੱਤਿਆਗ੍ਰਹਿ ਹੋਇਆ ਸੀ 1928 ਦੇ ਵਿੱਚ, ਜਿਹਦੇ ਲੀਡਰ ਸੀ ਵੱਲਭ ਭਾਈ ਪਟੇਲ ਜੀ। ਇਹ ਸੱਤਿਆਗ੍ਰਹਿ ਕਿਉਂ ਹੋਇਆ ਸੀ? ਕਿਉਂਕਿ ਅੰਗਰੇਜ਼ਾਂ ਨੇ 30% ਟੈਕਸ ਹੈ ਜੋ ਇਨਕਰੀਜ਼ ਕਰ ਦਿੱਤਾ ਸੀ ਫਾਰਮਰਸ ਦਾ, ਤਾਂ ਉਸਦੇ ਵਿਰੋਧ ਦੇ ਵਿੱਚ ਹੋਇਆ ਸੀ ਬਰਦੋਲੀ ਸੱਤਿਆਗ੍ਰਹਿ। ਨੈਕਸਟ ਹੈ ਗਿਵਨ ਬਿਲੋ ਆਰ ਦਾ ਨੇਮਸ ਆਫ ਪ੍ਰੋਮੀਨੈਂਟ ਲੀਡਰਸ ਐਂਡ ਦੇਰ ਰਿਸਪੈਕਟਿਵ ਓਪਰੇਸ਼ਨਲ ਏਰੀਆਜ਼ ਡੂਰਿੰਗ ਦਾ ਰਿਵੋਲਟ ਪੀਰੀਅਡ, ਸਿਲੈਕਟ ਦਾ ਇਨਕੋਰੈਕਟ ਪੇਅਰ। ਆਪਾਂ ਨੂੰ ਲੀਡਰਸ ਦੇ ਨਾਮ ਦਿੱਤੇ ਹੋਏ ਆ ਅਤੇ ਉਹਨਾਂ ਦੇ ਓਪਰੇਸ਼ਨਲ ਏਰੀਆਜ਼ ਦਿੱਤੇ ਹੋਏ ਆ, ਆਪਾਂ ਨੇ ਦੱਸਣਾ ਕਿ ਇਹਨਾਂ ਦੇ ਵਿੱਚੋਂ ਕਿਹੜਾ ਗਲਤ ਹੈ। ਫਸਟ ਹੈ ਕੁੰਵਰ ਸਿੰਘ। ਕੁੰਵਰ ਸਿੰਘ ਦਾ ਓਪਰੇਸ਼ਨਲ ਏਰੀਆ ਸੀ ਸ਼ਾਹਬਾਦ, ਇਹ ਬਿਲਕੁਲ ਠੀਕ ਹੈ। ਨੈਕਸਟ ਹੈ ਰਾਣੀ ਲਕਸ਼ਮੀ ਬਾਈ। ਰਾਣੀ ਲਕਸ਼ਮੀ ਬਾਈ ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਝਾਂਸੀ ਦੀ ਰਾਣੀ ਲਕਸ਼ਮੀ ਬਾਈ, ਤਾਂ ਇਹਨਾਂ ਦਾ ਓਪਰੇਸ਼ਨਲ ਏਰੀਆ ਸੀ ਝਾਂਸੀ, ਤਾਂ ਇਹ ਗਲਤ ਹੈ ਕਿਉਂਕਿ ਇਹਨਾਂ ਨੇ ਦਿੱਤਾ ਹੋਇਆ ਕਿ ਰਾਣੀ ਲਕਸ਼ਮੀ ਬਾਈ ਦਾ ਓਪਰੇਸ਼ਨਲ ਏਰੀਆ ਸੀ ਇੰਦੌਰ, ਤਾਂ ਇਸ ਦਾ ਆਂਸਰ ਆਇਆ ਬੀ ਆਪਸ਼ਨ। ਨਾਨਾ ਸਾਹਿਬ ਦਾ ਓਪਰੇਸ਼ਨਲ ਏਰੀਆ ਸੀ ਕਾਨਪੁਰ, ਅਤੇ ਖਾਨ ਬਹਾਦੁਰ ਖਾਨ ਦਾ ਓਪਰੇਸ਼ਨਲ ਏਰੀਆ ਸੀ ਰੋਹਿਲਖੰਡ, ਜਿਸ ਨੂੰ ਕਿ ਰੋਹਿਲਾ ਵੀ ਕਿਹਾ ਜਾਂਦਾ ਹੈ। ਨੈਕਸਟ ਹੈ ਹੂ ਲੈਡ ਦਾ ਆਰਮਡ ਰੇਡ ਔਨ ਦਾ ਗੌਰਮੈਂਟ ਆਰਮੀ ਐਟ ਚਿਤਾਗੋਂਗ 1930। ਇਹ ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ ਕਿ ਚਿਤਾਗੋਂਗ ਵਿੱਚ ਗੌਰਮੈਂਟ ਆਰਮਰੀ 'ਤੇ ਛਾਪਾ ਕਿਸ ਦੀ ਅਗਵਾਈ ਵਿੱਚ ਮਾਰਿਆ ਗਿਆ ਸੀ? ਤਾਂ ਇਹ ਮਾਰਿਆ ਗਿਆ ਸੀ ਸੂਰਿਆ ਸੇਨ ਦੀ ਅਗਵਾਈ ਦੇ ਵਿੱਚ, ਤਾਂ ਇਸ ਆਂਸਰ ਆਇਆ ਬੀ ਆਪਸ਼ਨ ਸੂਰਿਆ ਸੇਨ। ਨੈਕਸਟ ਹੈ ਮੈਚ ਦੀ ਫੋਲੋਇੰਗ। ਆਪਾਂ ਨੇ ਮੈਚ ਕਰਨਾ ਹੈ ਗ੍ਰੈਂਡ ਓਲਡ ਮੈਨ ਆਫ ਇੰਡੀਆ। ਗ੍ਰੈਂਡ ਓਲਡ ਮੈਨ ਆਫ ਇੰਡੀਆ ਕਿਹਨੂੰ ਕਿਹਾ ਜਾਂਦਾ ਹੈ? ਦਾਦਾ ਬਾਈ ਨਾਰੋ ਜੀ ਨੂੰ। ਜੇ ਪੁੱਛ ਲੈਣ ਗ੍ਰੈਂਡ ਓਲਡ ਮੈਨ ਆਫ ਗੁਜਰਾਤ, ਤਾਂ ਇਹ ਕਿਹਾ ਜਾਂਦਾ ਹੈ ਅਬਾਸ ਤੈਅਬ ਜੀ ਨੂੰ, ਤਾਂ ਇੱਥੇ ਆਏਗਾ ਏ ਦੇ ਨਾਲ 4। ਨੈਕਸਟ ਹੈ ਫਰੰਟੀਅਰ ਗਾਂਧੀ। ਫਰੰਟੀਅਰ ਗਾਂਧੀ ਕਿਹਾ ਜਾਂਦਾ ਹੈ ਅਬਦੁਲ ਗਫਾਰ ਖਾਨ ਨੂੰ। ਨੈਕਸਟ ਹੈ ਸਟਰੋਂਗ ਮੈਨ ਆਫ ਇੰਡੀਆ। ਸਟਰੋਂਗ ਮੈਨ ਆਫ ਇੰਡੀਆ ਹੈ ਬੱਲਭ ਭਾਈ ਪਟੇਲ ਜੀ, ਮਹਾਮਨਾ ਇਹ ਹੈ ਮਦਨ ਮੋਹਨ ਮਾਲਵੀਆ, ਤਾਂ ਇਸਦਾ ਆਂਸਰ ਆਇਆ ਬੀ ਆਪਸ਼ਨ। ਨੈਕਸਟ ਹੈ ਕੰਸੀਡਰ ਦਾ ਫੋਲੋਇੰਗ ਸਟੇਟਮੈਂਟ। ਆਪਾਂ ਨੂੰ ਸਟੇਟਮੈਂਟਸ ਦਿੱਤੀਆਂ ਹੋਈਆਂ ਅਤੇ ਆਪਾਂ ਨੇ ਦੱਸਣਾ ਕਿ ਇਹਨਾਂ ਦੇ ਵਿੱਚੋਂ ਕਿਹੜੀਆਂ ਕਰੈਕਟ ਹੈ। ਫਸਟ ਹੈ ਲਾਰਡ ਮਾਊਂਟ ਬੈਟਨ ਵਾਜ਼ ਦਾ ਵਾਇਸ ਰਾਏ ਵੈਨ ਸ਼ਿਮਲਾ ਕਾਨਫਰੰਸ ਟੁੱਕ ਪਲੇਸ। ਲਾਰਡ ਮਾਊਂਟ ਬੈਟਨ ਉਸ ਟਾਈਮ 'ਤੇ ਵਾਇਸ ਰਾਏ ਸੀ ਜਿਸ ਟਾਈਮ 'ਤੇ ਸ਼ਿਮਲਾ ਕਾਨਫਰੰਸ ਹੋਈ ਸੀ। ਇਹ ਗਲਤ ਹੈ ਕਿਉਂਕਿ ਜਿਸ ਟਾਈਮ 'ਤੇ ਸ਼ਿਮਲਾ ਕਾਨਫਰੰਸ ਹੋਈ ਉਸ ਟਾਈਮ 'ਤੇ ਵਾਇਸ ਰਾਏ ਸੀ ਲਾਰਡ ਵੇਵਲ। ਨੈਕਸਟ ਹੈ ਇੰਡੀਅਨ ਨੇਵੀ ਰਿਵੋਲਟ 1946 ਟੁੱਕ ਪਲੇਸ ਵੈਨ ਦਾ ਇੰਡੀਅਨ ਸੇਲਰਸ ਇਨ ਦਾ ਰੋਇਲ ਇੰਡੀਅਨ ਨੇਵੀ ਐਟ ਬੋਂਬੇ ਐਂਡ ਕਰਾਚੀ ਰੋਜ਼ ਅਗੇਂਸਟ ਦਾ ਗੌਰਮੈਂਟ। ਇੰਡੀਅਨ ਨੇਵੀ ਰਿਵੋਲਟ 1946 ਦੇ ਵਿੱਚ ਉਦੋਂ ਹੋਇਆ ਸੀ ਜਦੋਂ ਰੋਇਲ ਇੰਡੀਅਨ ਨੇਵੀ ਦੇ ਸੇਲਰਸ ਬੋਂਬੇ ਦੇ ਕਰਾਚੀ ਦੇ ਵਿੱਚ ਗੌਰਮੈਂਟ ਦੇ ਅਗੇਂਸਟ ਖੜ੍ਹੇ ਹੋਏ ਸੀ। ਇਹ ਬਿਲਕੁਲ ਠੀਕ ਹੈ, ਤਾਂ ਇਸਦਾ ਆਂਸਰ ਆਇਆ 2 ਓਨਲੀ। ਨੈਕਸਟ ਹੈ ਵਟ ਵਾਜ਼ ਦਾ ਬੇਸਿਸ ਆਫ ਟ੍ਰਾਂਸਫਰ ਆਫ ਪਾਵਰ ਟੂ ਇੰਡੀਆ ਔਨ 15th August ਬਾਏ। ਜੋ ਬ੍ਰਿਟਿਸ਼ਰਸ ਨੇ ਇੰਡੀਆ ਨੂੰ ਪਾਵਰ ਟ੍ਰਾਂਸਫਰ ਕੀਤੀ ਸੀ ਉਹ 15 August ਨੂੰ ਹੀ ਕਿਉਂ ਕੀਤੀ ਗਈ? ਕਿਸ ਬੇਸਿਸ 'ਤੇ ਉਹ 15 August ਨੂੰ ਕੀਤੀ ਗਈ?
ਤਾਂ ਇਹ ਉਸ ਦਿਨ ਇਸ ਲਈ ਕੀਤੀ ਗਈ ਕਿਉਂਕਿ ਇਸ ਦਿਨ ਜਪਾਨੀ ਫੌਜ ਨੇ ਲੋਰਡ ਮਾਊਂਟਬੈਟਨ ਦੇ ਅੱਗੇ ਸਰੈਂਡਰ ਕੀਤਾ ਸੀ। ਤਾਂ ਇਸ ਦਾ ਆਂਸਰ ਆਏਗਾ ਬੀ ਆਪਸ਼ਨ, ਐਨੀਵਰਸਰੀ ਆਫ ਸਰੈਂਡਰ ਆਫ ਜੈਪਨੀਜ਼ ਆਰਮੀ ਬਿਫੋਰ ਐਡਮਾਇਰਲ ਮਾਊਂਟਬੈਟਨ। ਨੈਕਸਟ ਹੈ, ਹੂ ਇਜ਼ ਨੋਨ ਐਜ ਅ ਇੰਡੀਅਨ ਬਿਸਮਾਰਕ। ਇੰਡੀਅਨ ਬਿਸਮਾਰਕ ਕਿਹਨੂੰ ਕਿਹਾ ਜਾਂਦਾ ਹੈ? ਇਹ ਕਿਹਾ ਜਾਂਦਾ ਹੈ ਵੱਲਭ ਭਾਈ ਪਟੇਲ ਜੀ ਨੂੰ।